पंजाब सरकार दीआं चोटी दीआं दो संविधानक हस्तियां दी लड़ाई सिखरां ते पहुंचती जा रही है। जी हां, असीं गल कर रहे हां पंजाब दे मुख्यमंत्री भगवंत मान अते राजपाल बनवारी लाल पुरोहित दी, जिन्हां दी लड़ाई दिन ब दिन सिखरां ते पहुंचती जा रही है। जी हां, तुहानूं दस दईए कि बजट सैशन रख्या गया ते बजट सैशन दी मंजूरी जिहड़ी कि राजपाल वल्लों नहीं दित्ती गई, जिस नूं लै के सुप्रीम कोर्ट दा मान सरकार वल्लों कुंडा खड़काया गया ते अज इस ते सुप्रीम कोर्ट दे विच सुनवाई भी होवेगी। तां इस सुनवाई दे विच की कुछ होवेगा ये तां बाद दी गल है, पर यह लड़ाई आखिरकार दिन ब दिन क्यों वधदी जा रही है ते पंजाब ते इसका की प्रभाव पवेगा, इस मामले संबंधी वधेरी जानकारी दे लई साडे नाल फोन लाइन ते जुड़ चुके ने साडे सीनियर संपादक तरलोचन जी। तरलोचन जी, सीएम भगवंत मान अते राजपाल बनवारी लाल पुरोहित हुण सुप्रीम कोर्ट दे विच इक दूजे दे नाल पिड़नगे, क्योंकि पंजाब सरकार ने राजपाल वल्लों बजट सैशन सदन की मंजूरी नहीं दी, जिस नूं लैके हुण सुप्रीम कोर्ट का कुंडा खड़कान की तैयारी की जा रही है। बिल्कुल जी, जिहड़ी मुख मंत्री भगवंत सिंह मान ते राजपाल साहब बनवारी लाल पुरोहित हुण इन्हां दी लड़ाई दिल्ली सुप्रीम कोर्ट पहुंच गई है जी। उस दुखांता दा दुखांत यह है भी हुण मुख मंत्री ते राजपाल वल्लों जिहड़े कानूनी लड़ाई लड़नगे ਉਹ ਮਸ਼ੀਨਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਹੋਊਗੀ, ਭਾਵ ਪੰਜਾਬ ਸਰਕਾਰ ਹੀ ਇੱਕ ਦੂਸਰੇ ਦੇ ਸਾਹਮਣੇ ਆ ਕੇ ਲੜਾਈ ਲੜੇਗੀ ਕਾਨੂੰਨੀ, ਕਿਉਂਕਿ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਜਾਂ ਪੰਜਾਬ ਸਰਕਾਰ ਦੇ ਮਸ਼ੀਨਰੀ ਹੈ ਵਕੀਲ ਨੇ ਉਹ ਆਪਣਾ ਪੱਖ ਰੱਖਣਗੇ ਤੇ ਦੂਸਰੇ ਪਾਸੇ ਰਾਜਪਾਲ ਸਾਹਿਬ ਦੇ ਜਿਹੜੇ ਅਫਸਰਸ਼ਾਹੀ ਉਹਨਾਂ ਨਾਲ ਲੱਗੀ ਹੈ ਉਹ ਆਪਣਾ ਪੱਖ ਰੱਖੇਗੀ। ਇਹ ਆਪਣੇ ਆਪ ਚ ਪੰਜਾਬ ਲਈ ਬਹੁਤ ਵੱਡਾ ਇੱਕ ਦੁਖਾਂਤ ਵਾਲਾ ਦ੍ਰਿਸ਼ ਸੁਪਰੀਮ ਕੋਰਟ ਵਿੱਚ ਦੇਖਣ ਨੂੰ ਮਿਲੂਗਾ ਜੀ। ਇਹਦੀ ਬੈਕਗ੍ਰਾਉਂਡ ਜਿਹੜੀ ਬੜੀ ਉਹ ਵੀ ਰੋਚਕ ਹੈ। ਦਰਅਸਲ 21 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਜੀ। ਕੈਬਨਿਟ ਨੇ ਫੈਸਲਾ ਕੀਤਾ 3 ਮਾਰਚ ਤੋਂ 24 ਮਾਰਚ ਤੱਕ ਵਿਧਾਨ ਸਭਾ ਦਾ ਬਜਟ ਸੈਸ਼ਨ ਸੱਦਿਆ ਜਾਊਗਾ ਜੀ। ਤਹਿਤ ਸੰਵਿਧਾਨਕ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਰਾਜਪਾਲ ਦੀ, ਔਰ 22 ਫਰਵਰੀ ਨੂੰ ਰਾਜਪਾਲ ਨੂੰ ਪੱਤਰ ਲਿਖ ਕੇ ਮਨਜ਼ੂਰੀ ਮੰਗੀ ਸੀ ਜੀ। ਦੂਸਰੇ ਪਾਸੇ 23 ਫਰਵਰੀ ਨੂੰ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਇੱਕ ਪੱਤਰ ਲਿਖਿਆ ਜਿਹਦੇ ਵਿੱਚ ਇਹ ਗੱਲ ਕਹੀ ਵੀ ਮੈਂ ਤੁਹਾਡੇ ਕੋਲੋਂ ਕੁੱਝ ਨੁਕਤਿਆਂ ਦੇ ਜਵਾਬ ਮੰਗਿਆ ਸੀ, ਜਿਵੇਂ ਜਿਹੜੇ ਪ੍ਰਿੰਸੀਪਲ ਸ਼ਕਤੀ ਸਿੰਘਾਪੁਰ ਭੇਜੇ ਨੇ ਉਹਨਾਂ ਦੀ ਮੈਰਿਟ, ਉਹਨਾਂ ਦੇ ਖਰਚਿਆਂ ਦੇ ਵੇਰਵੇ ਦਿੱਤੇ ਜਾਣ, IPS ਕੁਲਦੀਪ ਚਾਹਲ ਨੂੰ ਪ੍ਰਮੋਟ ਕਰਨ ਤੇ ਵਧੀਆ ਪੋਸਟ ਤੇ ਲਾਉਣ ਬਾਰੇ ਜਾਣਕਾਰੀ ਦੀ ਗੱਲ ਕੀਤੀ ਸੀ, 2 ਲੱਖ SC ਵਰਗ ਨਾਲ ਸੰਬੰਧਿਤ ਬੱਚਿਆਂ ਨੂੰ ਵਜ਼ੀਫੇ ਨਾ ਦੇਣ ਕਾਰਨ ਜਿਹੜੇ ਉਹਨਾਂ ਨੂੰ ਸਕੂਲ ਛੱਡਣੇ ਪਏ ਸੀ ਉਹਦੇ ਬਾਰੇ ਜਾਣਕਾਰੀ ਮੰਗੀ ਸੀ, ਔਰ ਸਰਕਾਰੀ ਮੀਟਿੰਗਾਂ ਵਿੱਚ ਇੱਕ ਪ੍ਰਾਈਵੇਟ ਵਿਅਕਤੀ ਨਵਲ ਅਗਰਵਾਲ ਦੇ ਬੈਠਣ ਦੇ ਆਧਾਰ ਬਾਰੇ ਜਾਣਕਾਰੀ ਮੰਗੀ ਸੀ। ਵਿਰੋਧੀ ਜਿਹੜੇ ਦੋਸ਼ ਲਾ ਰਹੇ ਸੀ ਵੀ ਸਰਕਾਰੀ ਪੰਜਾਬ ਦੇ ਖਜ਼ਾਨੇ ਵਿੱਚੋਂ ਹੋਰ ਸੂਬਿਆਂ 'ਚ ਆਮ ਆਦਮੀ ਪਾਰਟੀ ਇਸ਼ਤਿਹਾਰਬਾਜ਼ੀ ਕਰ ਰਹੀ ਹੈ, ਔਰ ਇਸੇ ਤਰ੍ਹਾਂ ਇੱਕ ਐਗਰੀਕਲਚਰ ਯੂਨੀਵਰਸਿਟੀ ਦੇ VC ਦੀ ਨਿਯੁਕਤੀ ਦੀ ਗੱਲ ਸੀ। ਇਹ ਸਾਰੇ ਮੁੱਦਿਆਂ ਤੇ ਗਵਰਨਰ ਨੇ ਪੁੱਛਿਆ ਸੀ ਵੀ ਤੁਹਾਡੇ ਕੋਲੋਂ ਜਾਣਕਾਰੀ ਮੰਗੀ ਸੀ, ਪਰ ਤੁਸੀਂ ਮੈਨੂੰ ਇੱਕ ਟਵੀਟ ਕਰਕੇ ਇੱਕ ਪੱਤਰ ਲਿਖ ਕੇ ਬੜੇ ਅਪਮਾਨਜਨਕ ਸ਼ਬਦ ਵਰਤੇ ਨੇ ਰਾਜਪਾਲ ਪ੍ਰਤੀ, ਔਰ ਇਹ ਗੈਰ ਸੰਵਿਧਾਨਕ ਨੇ। ਔਰ ਗਵਰਨਰ ਨੇ ਸਿੱਧੇ ਤੌਰ ਤੇ ਨਾਂ ਤੇ ਨਹੀਂ ਸੀ ਕੀਤੀ ਵੀ ਮੈਂ ਕੈਬਨਿਟ ਬਜਟ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਨਹੀਂ ਦੇਣੀ, ਪਰ ਉਹਨੇ ਇਹ ਲਿਖਿਆ ਸੀ ਵੀ ਇਹ ਜਿਹੜੇ ਤੁਸੀਂ ਮੈਨੂੰ ਪੱਤਰ ਲਿਖੇ ਨੇ ਜਿਨ੍ਹਾਂ ਵਿੱਚ ਗੈਰ ਸੰਵਿਧਾਨਕ ਸ਼ਬਦਾਵਲੀ ਵਰਤੀ ਹੈ, ਮੈਂ ਪਹਿਲਾਂ ਇਹਨਾਂ ਬਾਬਤ ਕਾਨੂੰਨੀ ਰਾਏ ਲਊਂਗਾ ਤੇ ਉਸ ਤੋਂ ਬਾਅਦ ਬਜਟ ਸੈਸ਼ਨ ਦੀ ਪ੍ਰਵਾਨਗੀ ਦੇਣ ਬਾਰੇ ਸੋਚਾਂਗਾ, ਪਰ ਫਿਲਹਾਲ ਇਹਦੇ ਬਾਰੇ ਕੋਈ ਹੋਰ ਪੱਤਰ ਤੇ ਨਹੀਂ ਸੀ ਆਇਆ। ਤੇ ਹੁਣ ਪੰਜਾਬ ਸਰਕਾਰ ਜਿਹੜੀ ਹੈ ਇਹਨੇ ਸੁਪਰੀਮ ਕੋਰਟ ਦਾ ਕੁੰਡਾ ਖੜਕਾ ਦਿੱਤਾ ਵੀ ਰਾਜਪਾਲ ਸਾਨੂੰ ਬਜਟ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਨਹੀਂ ਦੇ ਰਹੇ ਜੀ। ਤਲੋਚਨ ਜੀ, ਵੈਸੇ ਇੱਥੇ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ 2 ਚੋਟੀ ਦੇ ਸੰਵਿਧਾਨਕ ਹਸਤੀਆਂ ਨੇ ਇਹਨਾਂ ਦੀ ਲੜਾਈ ਸਿਖਰਾਂ ਤੇ ਪਹੁੰਚ ਚੁੱਕੀ ਹੈ ਤੇ ਕੀ ਲੱਗਦਾ ਕੀ ਸਿੱਟਾ ਨਿਕਲ ਕੇ ਸਾਹਮਣੇ ਆਏਗਾ, ਕਿਉਂਕਿ ਲੜਾਈ ਤਾਂ ਲਗਾਤਾਰ ਵੱਧਦੀ ਜਾ ਰਹੀ ਹੈ। ਦੇਖੋ, ਲੜਾਈ ਵਿੱਚੋਂ ਸਿੱਟਾ ਕੀ ਨਿਕਲਣਾ, ਪਰ ਪੰਜਾਬ ਸਰਕਾਰ ਦੇ ਪੰਜਾਬ ਦੇ ਪੱਲੇ ਕੱਖ ਨਹੀਂ ਪੈਣਾ, ਪੰਜਾਬ ਦਾ ਤੇ ਇਹਦੇ ਨਾਲ ਨੁਕਸਾਨ ਹੋਊਗਾ। ਜੋ ਜਾਣਕਾਰੀ ਮਿਲੀ ਹੈ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋ ਸਕਦੀ ਹੈ, ਔਰ ਸਰਕਾਰ ਮੰਗ ਕਰੇਗੀ ਸੁਪਰੀਮ ਕੋਰਟ ਕੋਲੋਂ ਵੀ ਅਰਲੀ ਹੀਅਰਿੰਗ ਕਰਾਈ ਜਾਵੇ, ਜਲਦੀ ਸੁਣਵਾਈ ਕੀਤੀ ਜਾਵੇ ਤਾਂ ਜੋ 3 ਮਾਰਚ ਤੋਂ ਬਜਟ ਸੈਸ਼ਨ ਸ਼ੁਰੂ ਹੋ ਸਕੇ, ਔਰ ਫਿਰ ਇੱਕ ਕਾਨੂੰਨੀ ਪ੍ਰਕਿਰਿਆ, ਸੁਪਰੀਮ ਕੋਰਟ ਫਿਰ ਨੋਟਿਸ ਜਾਰੀ ਕਰੇਗੀ ਰਾਜਪਾਲ ਸਾਹਿਬ ਨੂੰ
फिर राजपाल साहब अपना जवाब देंगे, फिर सुप्रीम कोर्ट विच जिरह होगी, मुख्य मंत्री या सरकार दे जिहड़ी मशीनरी है वह कहेगी इत्थे राजपाल गलत बोल रहे ने, इत्थे झूठ बोल रहे ने, और जी दूसरे पासे राजपाल साहब जिहड़ा जवाब देंगे वह कहेंगे मैं इत्थे ठीक है, मैं इत्थे ठीक है। जी सो ये लड़ाई जिहड़ी है ये जिहड़ी वधन दे आसार ते हैगे ने, पर कुल जी मिला के कह सकदे हां वी जिहड़ी बजट सैशन दी तैयारी बड़े चाअ नाल कीती जांदी है, पंजाब बिल्कुल दे लोक वी देखदे ने, उहदे उल्ट हुण सगों जिहड़ी सुप्रीम कोर्ट विच बजट सैशन दा बुलाउणा जां ना बुलाउण दी जिहड़ी प्रक्रिया चलेगी। जी, शुक्रिया त्रिलोचन जी।